ਆਈਪੀਐਸ ਪਰਿਵਾਰ ਦੀ ਬੱਚੀ ਦੀ ਦਮ ਘੁੱਟਣ ਨਾਲ ਮੌਤ ਹੋਈ ਆ। ਫਸਟ ਏਡ ਨਾਲ ਕੀ ਉਪਰਾਲਾ ਕੀਤਾ ਜਾ ਸਕਦਾ ਸੀ ਜਾਂ ਜਿਹੜੀ ਜਾਨ ਬਚਾਈ ਜਾ ਸਕਦੀ ਸੀ? ਜਿੱਥੇ ਸਾਹ ਜਾਣਾ ਚਾਹੀਦਾ, ਜਿੱਥੇ ਹਵਾ ਜਾਣੀ ਚਾਹੀਦੀ ਹੈ ਆਕਸੀਜਨ, ਉੱਥੇ ਜੇ ਕੋਈ ਇਸ ਤਰ੍ਹਾਂ ਦੀ ਬਾਹਰੀ ਵਸਤੂ ਚਲੀ ਜਾਂਦੀ ਹੈ ਤਾਂ ਉਹਦੇ ਨਾਲ ਫਿਰ ਸਾਡਾ ਅਸਫੈਕਸੀਆ ਭਾਵ ਦਮ ਘੁੱਟਦਾ, ਅਤੇ ਜੇ ਸਾਨੂੰ 5-7 ਮਿੰਟ ਤੱਕ ਜੇ ਸਾਹ ਨਾ ਆਵੇ ਤਾਂ ਫਿਰ ਸਾਡੀ ਜਿਹੜੀ ਹੈ ਮੌਤ ਵੀ ਹੋ ਸਕਦੀ ਹੈਗੀ। ਐਪੀਗਲੋਟਿਸ ਨੇ ਇਹ ਨਿਰਧਾਰਤ ਕਰਨਾ ਹੁੰਦਾ ਹੈ ਕਿ ਕਿਹੜੀ ਚੀਜ਼ ਜਿਹੜੀ ਹੈ ਉਹ ਸਾਹ ਨਾਲੀ ਦੇ ਵਿੱਚ ਜਾਣੀ ਚਾਹੀਦੀ ਹੈ ਅਤੇ ਕਿਹੜੀ ਭੋਜਨ ਨਾਲੀ ਦੇ ਵਿੱਚ ਜਾਣੀ ਚਾਹੀਦੀ ਹੈ। ਬਾਲਗਾਂ ਦੇ ਵਿੱਚ ਉਦੋਂ ਵਾਪਰਦੇ ਨੇ ਜਦੋਂ ਅਸੀਂ ਰੋਟੀ ਖਾਂਦੇ ਪੀਂਦੇ ਨਾਲ ਨਾਲ ਗੱਲਾਂ ਬਾਤਾਂ ਵੀ ਕਰ ਰਹੇ ਹਾਂ ਅਤੇ ਬੇਧਿਆਨੀ ਕਰਕੇ ਸਾਡਾ ਧਿਆਨ ਕਿਸੇ ਹੋਰ ਪਾਸੇ ਹੋ ਜਾਂਦਾ ਹੈ। ਐਜੂਕੇਸ਼ਨ ਹੈ, ਐਜੂਕੇਸ਼ਨ ਦੀ ਪਰਿਭਾਸ਼ਾ ਗਿਆਨ ਆ, ਪਰ ਸਾਡੇ ਜਿਹੜੇ ਲੋਕ ਆ ਸਿਰਫ ਨੌਕਰੀ ਲਈ ਜਿਹੜੀ ਇਸ ਨੂੰ ਵਰਤੋਂ ਕਰਨ ਦੀ ਕੋਸ਼ਿਸ਼ ਹੀ ਕਰਦੇ ਆ, ਗਿਆਨ ਲੈਣ ਦੀ ਕੋਸ਼ਿਸ਼ ਨਹੀਂ ਕਰਦੇ। ਕਿ ਬੱਚਿਆਂ ਦੇ ਨਾਲ ਨਾਲ ਅਧਿਆਪਕ ਸਾਥੀ ਵੀ, ਅਧਿਆਪਕ ਸਾਹਿਬਾਨ ਸਾਡੇ ਜਿਹੜੇ ਸਤਿਕਾਰਯੋਗ ਨੇ, ਉਹ ਵੀ ਸਿੱਖਿਆ ਲੈਣ ਵਾਸਤੇ, ਫਸਟ ਏਡ ਦਾ ਗਿਆਨ ਲੈਣ ਵਾਸਤੇ ਅੱਗੇ ਆਉਂਦੇ ਨੇ ਅਤੇ ਸਾਨੂੰ ਸਵਾਲ ਜਵਾਬ ਵੀ ਕਰਦੇ ਨੇ। ਜੇ ਸਰਟੀਫਿਕੇਟ ਵੈਸੇ ਹੀ ਮਿਲ ਜਾਵੇ ਤਾਂ ਠੀਕ ਆ, ਸਾਨੂੰ ਟ੍ਰੇਨਿੰਗ ਨਾ ਕਰਨੀ ਪਵੇ, ਇਹ ਵੀ ਪੱਖ ਹੈਗਾ ਇੱਕ। ਕਿ ਜ਼ਿਆਦਾਤਰ ਮੇਰੇ ਵਰਗਿਆਂ ਦੀਆਂ ਸਿਫਾਰਿਸ਼ਾਂ, ਤੁਹਾਡੇ ਵਰਗਿਆਂ ਦੀਆਂ ਸਿਫਾਰਿਸ਼ਾਂ, ਮੀਡੀਆ ਦੀ ਸਿਫਾਰਿਸ਼ਾਂ ਜਾਂ ਕਿਸੇ ਆਫਿਸਰ ਦੀ ਸਿਫਾਰਿਸ਼ ਪਵਾਉਂਦੇ ਨੇ ਵੀ ਸਾਨੂੰ ਬਗੈਰ ਸਿਰਫ ਤੁਸੀਂ ਫੀਸ ਭਰਾ ਲਓ ਅਤੇ ਸਾਨੂੰ ਸਰਟੀਫਿਕੇਟ ਦਿਓ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਅਤੇ ਮੈਂ ਹਰਸ਼ਪਾਲ ਸਿੰਘ। ਪੰਜਾਬ ਵਿੱਚ ਪਿਛਲੇ ਦਿਨੀ ਇੱਕ ਮੰਦਭਾਗੀ ਘਟਨਾ ਵਾਪਰੀ ਆ। ਆਈਪੀਐਸ ਪਰਿਵਾਰ ਦੀ 4 ਸਾਲਾਂ ਬੱਚੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਆ। ਅਸੀਂ ਬਠਿੰਡਾ ਦੇ ਰੈੱਡ ਕ੍ਰੋਸ ਦਫ਼ਤਰ ਦੇ ਵਿੱਚ ਖੜ੍ਹੇ ਹਾਂ ਅਤੇ ਮਾਸਟਰ ਟ੍ਰੇਨਰ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਜਿਹੜਾ ਫਸਟ ਏਡ ਆ, ਕੀ ਉਸ ਨਾਲ ਬੱਚੀ ਦੀ ਜਾਨ ਬਚਾਈ ਜਾ ਸਕਦੀ ਸੀ ਜਾਂ ਉਪਰਾਲਾ ਕੀਤਾ ਜਾ ਸਕਦਾ ਸੀ? ਬਈ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੁੰਦੇ, ਜਿਹੜੀ ਪਿਛਲੇ ਦਿਨੀ ਇੱਕ ਮੰਦਭਾਗੀ ਘਟਨਾ ਵਾਪਰੀ, ਆਈਪੀਐਸ ਪਰਿਵਾਰ ਦੀ ਬੱਚੀ ਦੀ ਦਮ ਘੁੱਟਣ ਨਾਲ ਮੌਤ ਹੋਈ ਆ, ਫਸਟ ਏਡ ਨਾਲ ਕੀ ਉਪਰਾਲਾ ਕੀਤਾ ਜਾ ਸਕਦਾ ਸੀ ਜਾਂ ਜਿਹੜੀ ਜਾਨ ਬਚਾਈ ਜਾ ਸਕਦੀ ਸੀ? ਜੀ ਬਿਲਕੁਲ, ਇੱਕ ਬੜੀ ਹੀ ਦੁਖਦਾਈ ਖਬਰ ਜਿਹੜੀ ਹੈ ਪੜ੍ਹਨ ਸੁਣਨ ਨੂੰ ਮਿਲੀ ਹੈ ਮੀਡੀਆ ਰਾਹੀਂ ਕਿ ਇੱਕ ਪੰਜਾਬ ਦੇ ਆਈਪੀਐਸ ਪਰਿਵਾਰ ਦੇ ਇੱਕ ਹੱਸਦੀ ਖੇਡਦੀ ਬੱਚੀ ਜਿਹੜੀ ਹੈ 4 ਸਾਲਾਂ ਦੀ ਨਾਇਰਾ, ਉਸਦੇ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਗਲ ਦੇ ਵਿੱਚ ਕੋਈ ਖਾਣ ਪੀਣ ਵਾਲੀ ਜਿਹੜੀ ਹੈ ਚੀਜ਼ ਫਸ ਗਈ ਅਤੇ ਉਹਦੇ ਕਾਰਨ ਉਹਦਾ ਦਮ ਘੁੱਟਿਆ ਅਤੇ ਉਸ ਤੋਂ ਬਾਅਦ ਜਿਵੇਂ ਉਹ ਹੋਸਪਿਟਲ 'ਚ ਪਹੁੰਚਦੀ ਹੈ ਤਾਂ ਉਸ ਨੂੰ ਜਿਹੜਾ ਮ੍ਰਿਤਕ ਐਲਾਨ ਦਿੱਤਾ ਜਾਂਦਾ ਡਾਕਟਰਸ ਵੱਲੋਂ। ਤਾਂ ਮੈਂ ਉਸ ਬੱਚੀ ਦੇ ਪਰਿਵਾਰ ਨਾਲ ਜਿਹੜਾ ਦੁੱਖ ਸਾਂਝਾ ਕਰਦਾ ਹੋਇਆ ਵਾਹਿਗੁਰੂ ਅੱਗੇ ਇਹ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਜੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਇਸ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਇਹ ਦੁੱਖ ਸਹਿਣ ਦਾ ਜਿਹੜਾ ਉਹ ਬਲ ਬਖਸ਼ਣ। ਤਾਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਕੀ ਫਸਟ ਏਡ ਦੇ ਕੇ ਇਸ ਤਰ੍ਹਾਂ ਦੇ ਜਿਹੜੇ ਕੇਸਿਸ ਨੇ ਉਹਨਾਂ ਦੇ ਵਿੱਚ ਜਾਨ ਬਚਾਈ ਜਾ ਸਕਦੀ ਹੈ, ਤਾਂ ਬਿਲਕੁਲ ਜੀ, ਕੁਛ ਵੈਸੇ ਤਾਂ ਜ਼ਿੰਦਗੀ ਮੌਤ ਜਿਹੜੀ ਹੈ ਉਹ ਪਰਮਾਤਮਾ ਵਾਹਿਗੁਰੂ ਦੇ ਹੱਥ ਦੇ ਵਿੱਚ ਹੈ, ਜੋ ਜਿੰਨੇ ਸਵਾਸ ਲਿਖੇ ਨੇ ਵਾਹਿਗੁਰੂ ਜੀ ਨੇ ਉਹ ਅਸੀਂ ਪੂਰੇ ਕਰਕੇ ਸੰਸਾਰ ਦੇ ਵਿੱਚੋਂ ਚਲੇ ਜਾਣਾ ਹੁੰਦਾ ਹੈ। ਲੇਕਿਨ ਫਿਰ ਵੀ ਕੁਛ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਜਿਹਦੇ ਵਿੱਚ ਜੇਕਰ ਅਸੀਂ ਫਸਟ ਏਡ ਦੇ ਦਿੰਦੇ ਹਾਂ ਤਾਂ ਉਸ ਦੇ ਨਾਲ ਕਿਸੇ ਬੰਦੇ ਦੀ ਜਿਹੜੀ ਹੈ ਜ਼ਿੰਦਗੀ ਬਚਾਉਣ ਦੇ ਵਿੱਚ ਮਦਦ ਮਿਲਦੀ ਹੈ। ਤਾਂ ਇਸ ਤਰ੍ਹਾਂ ਦੇ ਜਿਹੜੇ ਕੇਸਿਸ ਹੁੰਦੇ ਨੇ ਕਿ ਗਲ ਦੇ ਵਿੱਚ ਕੋਈ ਚੀਜ਼ ਫਸ ਜਾਣਾ, ਤਾਂ ਇਹਨਾਂ ਨੂੰ ਅਸੀਂ ਫਸਟ ਏਡ ਦੀ ਭਾਸ਼ਾ ਦੇ ਵਿੱਚ ਚੋਕਿੰਗ ਹੋ ਜਾਣਾ ਕਹਿੰਦੇ ਹਾਂ ਕਿ ਜਦੋਂ ਵੀ ਸਾਡੀ ਸਾਹ ਨਾਲੀ ਦੇ ਵਿੱਚ ਕੋਈ ਚੀਜ਼, ਭਾਵੇਂ ਉਹ ਠੋਸ ਰੂਪ ਦੇ ਵਿੱਚ ਹੋਵੇ ਭਾਵੇਂ ਤਰਲ ਰੂਪ ਦੇ ਵਿੱਚ ਹੋਵੇ, ਜਦੋਂ ਜਿੱਥੇ ਸਾਹ ਜਾਣਾ ਚਾਹੀਦਾ, ਜਿੱਥੇ ਹਵਾ ਜਾਣੀ ਚਾਹੀਦੀ ਹੈ ਆਕਸੀਜਨ, ਉੱਥੇ ਜੇ ਕੋਈ ਇਸ ਤਰ੍ਹਾਂ ਦੀ ਬਾਹਰੀ ਵਸਤੂ ਚਲੀ ਜਾਂਦੀ ਹੈ ਤਾਂ ਉਹਦੇ ਨਾਲ ਫਿਰ ਸਾਡਾ ਅਸਫੈਕਸੀਆ ਭਾਵ ਦਮ ਘੁੱਟਦਾ, ਅਤੇ ਜੇ ਸਾਨੂੰ 5-7 ਮਿੰਟ ਤੱਕ ਜੇ ਸਾਹ ਨਾ ਆਵੇ ਤਾਂ ਫਿਰ ਸਾਡੀ ਜਿਹੜੀ ਹੈ ਮੌਤ ਵੀ ਹੋ ਸਕਦੀ ਹੈਗੀ। ਕਿਹੜੇ ਉਹ ਤਰ੍ਹਾਂ ਦੇ ਜਿਹੜੇ ਕਈ ਉਪਰਾਲੇ ਕੀ ਕਰਨੇ ਚਾਹੀਦੇ ਆ ਜੇ ਜਾਣਕਾਰੀ ਹੋਵੇ? ਸਭ ਨੂੰ ਪਹਿਲਾਂ ਤਾਂ ਜਿਹੜੇ ਵੀ ਪਰਿਵਾਰ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਛੋਟੇ ਬੱਚੇ ਹੁੰਦੇ ਨੇ ਤਾਂ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਫਰਸ਼ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਵੀ ਚੀਜ਼ ਨਹੀਂ ਹੋਣੀ ਚਾਹੀਦੀ ਜਿਹੜੀ ਕਿ ਛੋਟੇ ਬੱਚੇ ਦੇ ਹੱਥ ਦੇ ਵਿੱਚ ਆ ਜੇ, ਜਿਸ ਤਰ੍ਹਾਂ ਕਿ ਬੋਤਲਾਂ ਦੇ ਢੱਕਣ ਹੋ ਗਏ ਜਾਂ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਬੱਚਿਆਂ ਨੂੰ ਦੇ ਦਿੰਦੇ ਹਾਂ। ਜਿਹੜੇ ਛੋਟੇ ਬੱਚੇ ਅਣਭੋਲ ਹੁੰਦੇ ਨੇ ਤਾਂ ਹਰ ਇੱਕ ਚੀਜ਼ ਨੂੰ ਹੱਥ 'ਚ ਫੜ ਕੇ ਮੂੰਹ ਦੇ 'ਚ ਪਾ ਲੈਂਦੇ ਨੇ ਖਾਣ ਵਾਲੀ ਚੀਜ਼ ਸਮਝ ਕੇ, ਉਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ ਗਾ।
ਤਾਂ ਫਿਰ ਉਹ ਜਿਹੜੀ ਚੀਜ਼ ਹੈ, ਕਿਉਂਕਿ ਆਮ ਬਾਲਗ ਦੇ ਮੁਕਾਬਲੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਦੀ ਸਾਹ ਨਾਲੀ ਅਤੇ ਭੋਜਨ ਵਾਲੀ ਬਿਲਕੁਲ ਜਿਹੜੀ ਹੈ ਛੋਟੀ ਹੁੰਦੀ ਹੈ, ਤਾਂ ਉਹਨਾਂ ਦੇ 'ਚ ਇਹ ਮੂੰਹ ਦੇ 'ਚ ਪਾਈ ਹੋਈ ਚੀਜ਼ ਜਿਹੜੀ ਹੈ ਉਹ ਸਾਹ ਨਾਲੀ ਵਿੱਚ ਅਟਕ ਜਾਂਦੀ ਹੈਗੀ। ਤਾਂ ਸਾਹ ਨਾਲੀ ਵਿੱਚ ਅਟਕਣ ਕਾਰਨ ਫਿਰ ਉਹ ਸਾਡੇ ਫੇਫੜਿਆਂ 'ਚੋਂ ਨਿਕਲਣ ਵਾਲੀ ਜਿਹੜੀ ਹਵਾ ਹੈ ਸਾਹ ਰਾਹੀਂ ਰਸਤਿਆਂ ਰਾਹੀਂ ਉਹ ਨਹੀਂ ਨਿਕਲ ਪਾਉਂਦੀਗੀ, ਤਾਂ ਫਿਰ ਉਹ ਬੱਚਾ ਜਿਹੜਾ ਅਨਕੋਨਸ਼ੀਅਸ ਵੀ ਹੋ ਸਕਦਾ, ਦਮ ਘੁੱਟਣ ਕਰਕੇ ਉਹਦੀ ਡੈਥ ਵੀ ਹੋ ਸਕਦੀ ਹੈ। ਤਾਂ ਸਭ ਨੂੰ ਪਹਿਲਾਂ ਤਾਂ ਪਰਿਵਾਰ ਜਿਹੜਾ ਹੈ ਉਹ ਘਰਾਂ 'ਚ ਇਸ ਤਰ੍ਹਾਂ ਦੀਆਂ ਚੀਜ਼ਾਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੇ, ਅਤੇ ਦੂਸਰੀ ਗੱਲ ਹਰੇਕ ਪਰਿਵਾਰ ਦੇ ਮੈਂਬਰ ਨੂੰ ਫਸਟ ਏਡ ਦੀ ਜਿਹੜੀ ਜਾਣਕਾਰੀ ਰੈੱਡ ਕਰਾਸ ਸੁਸਾਇਟੀਜ਼ ਵੱਲੋਂ ਜ਼ਰੂਰ ਲੈ ਲੈਣੀ ਚਾਹੀਦੀ ਹੈ ਕਿ ਜੇ ਪਰਮਾਤਮਾ ਨਾ ਕਰੇ ਇਸ ਤਰ੍ਹਾਂ ਦਾ ਹਾਦਸਾ ਵਾਪਰਦਾ ਤਾਂ ਉਹਦੇ 'ਚ ਅਸੀਂ ਕੀ ਮਦਦ ਦੇਣੀ ਹੈ। ਕਿਹੜੀ ਬਿਮਾਰੀ ਹੈ ਜਿਵੇਂ ਡਾਕਟਰੀ ਭਾਸ਼ਾ ਵਿੱਚ ਜਿਹੜਾ ਦਮ ਘੁੱਟਣਾ, ਇਹਨੂੰ ਕੀ ਕਹਿੰਦੇ ਨੇ ਅਤੇ ਫਿਰ ਬਚਾਇਆ ਉਹਨੂੰ ਕਿਵੇਂ ਜਾ ਸਕਦਾ? ਜੀ ਬਿਲਕੁਲ, ਜਿਸ ਤਰ੍ਹਾਂ ਮੈਂ ਹੁਣੇ ਜ਼ਿਕਰ ਕੀਤਾ ਕਿ ਜਦੋਂ ਵੀ ਕੋਈ ਅਸੀਂ ਚੀਜ਼ ਖਾਂਦੇ ਹਾਂ ਜਾਂ ਪੀਂਦੇ ਹਾਂ, ਜੇ ਉਹ ਸਾਡੀ ਸਮਝ ਮੁਤਾਬਕ ਜਿਹੜਾ ਉਸ ਦੇ ਉੱਤੇ ਇੱਕ ਢੱਕਣ ਹੁੰਦਾ ਹੈ ਜਿਸ ਨੂੰ ਅਸੀਂ ਐਪੀਗਲੋਟਿਸ ਕਹਿ ਦਿੰਦੇ ਹਾਂਗੇ, ਤਾਂ ਐਪੀਗਲੋਟਿਸ ਨੇ ਇਹ ਨਿਰਧਾਰਤ ਕਰਨਾ ਹੁੰਦਾ ਹੈ ਕਿ ਕਿਹੜੀ ਚੀਜ਼ ਜਿਹੜੀ ਹੈ ਉਹ ਸਾਹ ਨਾਲੀ ਦੇ ਵਿੱਚ ਜਾਣੀ ਚਾਹੀਦੀ ਹੈ ਅਤੇ ਕਿਹੜੀ ਭੋਜਨ ਨਾਲੀ ਦੇ ਵਿੱਚ ਜਾਣੀ ਚਾਹੀਦੀ ਹੈ। ਜਦੋਂ ਅਸੀਂ ਕੋਈ ਚੀਜ਼ ਖਾਂਦੇ ਪੀਂਦੇ ਹਾਂ ਤਾਂ ਉਸ ਟਾਈਮ ਵਿੱਚ ਕੁਛ ਸੈਕਿੰਡ ਲਈ ਸਾਡੀ ਜਿਹੜੀ ਸਾਹ ਨਾਲੀ ਉੱਤੇ ਉਹ ਢੱਕਣ ਜਿਹੜਾ ਉਸ ਨੂੰ ਬੰਦ ਕਰ ਦਿੰਦਾ ਹੈ ਤਾਂ ਕਿ ਉਹ ਚੀਜ਼ ਉੱਧਰ ਨਾ ਜਾਵੇ। ਤਾਂ ਇਸ ਤਰ੍ਹਾਂ ਦੇ ਹਾਦਸੇ ਉਦੋਂ ਵਾਪਰਦੇ ਨੇ ਜਾਂ ਤਾਂ ਛੋਟੇ ਬੱਚਿਆਂ ਨਾਲ ਵਾਪਰਦੇ ਨੇ ਜਾਂ ਬਾਲਗਾਂ ਦੇ ਵਿੱਚ ਉਦੋਂ ਵਾਪਰਦੇ ਨੇ ਜਦੋਂ ਅਸੀਂ ਰੋਟੀ ਖਾਂਦੇ ਪੀਂਦੇ ਨਾਲ ਨਾਲ ਗੱਲਾਂ ਬਾਤਾਂ ਵੀ ਕਰ ਰਹੇ ਹਾਂ ਅਤੇ ਬੇਧਿਆਨੀ ਕਰਕੇ ਸਾਡਾ ਧਿਆਨ ਕਿਸੇ ਹੋਰ ਪਾਸੇ ਹੋ ਜਾਂਦਾ ਹੈ। ਤਾਂ ਇੱਕ ਗੱਲ ਦਾ ਐਸਾ ਹਮੇਸ਼ਾ ਖਿਆਲ ਰੱਖਣਾ ਕਿ ਜਦੋਂ ਵੀ ਅਸੀਂ ਖਾਣਾ ਖਾਂਦੇ ਹਾਂ ਜਾਂ ਕੋਈ ਵੀ ਰੋਟੀ ਖਾਂਦੇ ਪੀਂਦੇ ਹਾਂ ਕੋਈ ਵੀ ਚੀਜ਼, ਉਸ ਟਾਈਮ ਦੇ ਸਾਡਾ ਫੋਕਸ ਧਿਆਨ ਜਿਹੜਾ ਉਹ ਰੋਟੀ ਵਾਲੇ ਪਾਸੇ ਹੋਣਾ ਚਾਹੀਦਾ ਹੈਗਾ। ਅਤੇ ਜਦੋਂ ਅਸੀਂ ਨਾਲ ਨਾਲ ਗੱਲਾਂ ਕਰ ਰਹੇ ਹਾਂ ਤਾਂ ਫਿਰ ਇਹ ਚੀਜ਼ ਜਿਹੜੀ ਹੈ ਉਲਟ ਪੁਲਟ ਹੋ ਜਾਂਦੀ ਹੈ, ਫਿਰ ਐਪੀਗਲੋਟਿਸ ਨੂੰ ਇਹ ਸਮਝ ਨਹੀਂ ਆਉਂਦਾ ਕਿ ਹੁਣ ਇਹ ਚੀਜ਼ ਕਿਤੇ ਪਾਸੇ ਵੱਲ ਨੂੰ ਜਾ ਰਹੀ ਹੈ, ਤਾਂਉਹ ਅਚਾਨਕ ਹੀ ਫਿਰ ਜਿਹੜੀ ਹੈ ਉਹ ਸਾਹ ਨਾਲੀ ਵਿੱਚ ਚੀਜ਼ ਚਲੀ ਜਾਂਦੀ ਹੈ। ਤਾਂ ਇਸ ਨੂੰ ਦਮ ਘੁੱਟਣ ਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਚੋਕਿੰਗ ਹੋ ਜਾਣਾ ਕਹਿੰਦੇ ਹੈਗੇ। ਤਾਂ ਇਸ ਨਾਲ ਕੀ ਹੁੰਦਾ ਫਿਰ ਅਸਫੈਕਸੀਆ ਭਾਵ ਦਮ ਘੁੱਟਦਾ ਹੈਗਾ। ਜਿਹੜਾ ਡੈਮੋਸਟ੍ਰੇਸ਼ਨ ਤੁਸੀਂ ਕਰਕੇ ਦਿਖਾਇਆ ਉਹ ਕੀ ਚੀਜ਼ ਸੀ, ਉਹ ਕਿਵੇਂ ਕਰਨਾ ਚਾਹੀਦਾ? ਇੱਕ ਸਾਡਾ ਤੁਹਾਡੇ ਇਸ ਮਾਧਿਅਮ ਰਾਹੀਂ ਇਸ ਕਲਿਆਣ ਟੀਵੀ ਦੇ ਮਾਧਿਅਮ ਰਾਹੀਂ ਇੱਕ ਸਰੋਤਿਆਂ ਅਤੇ ਦਰਸ਼ਕਾਂ ਨੂੰ ਇਹ ਜਾਗਰੂਕ ਕਰਨ ਦਾ ਇੱਕ ਛੋਟਾ ਜਿਹਾ ਸਾਡੀ ਇਹ ਕੋਸ਼ਿਸ਼ ਸੀ ਕਿ ਜੋ ਬੱਚੀ ਇਸ ਸੰਸਾਰ ਦੇ ਵਿੱਚੋਂ ਚਲੀ ਗਈ ਹੈ ਸਾਡੀ ਉਸ ਬੱਚੇ ਪ੍ਰਤੀ ਇਹੋ ਸੱਚੀ ਸ਼ਰਧਾਂਜਲੀ ਇਹ ਹੈ ਕਿ ਇੱਕ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਜਿਹੜਾ ਮੈਸੇਜ ਨੂੰ ਸ਼ੇਅਰ ਕਰੋ, ਅਤੇ ਦੂਸਰਾ ਫਸਟ ਏਡ ਦੀ ਟ੍ਰੇਨਿੰਗ ਲਈ ਜਿਹੜੀ ਹੈ ਤੁਸੀਂ ਅੱਗੇ ਆਓ। ਅਤੇ ਇਸ ਡੈਮੋਸਟ੍ਰੇਸ਼ਨ ਦੇ ਵਿੱਚ ਵੀ ਅਸੀਂ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਇਨ ਕੇਸ ਪਰਮਾਤਮਾ ਨਾ ਕਰੇ ਕਿਸੇ ਹੋਰ ਪਰਿਵਾਰ ਦੇ ਵਿੱਚ ਖੁਦਾ ਨਾ ਖਾਸਤਾ ਇਸ ਤਰ੍ਹਾਂ ਦੀ ਕੋਈ ਮਦਭਾਗੀ ਘਟਨਾ ਵਾਪਰਦੀ ਹੈ ਤਾਂ ਤੁਸੀਂ ਇਹ ਦੋ ਮੈਥਡਸ ਦੇ ਰਾਹੀਂ ਇਮੀਡੀਏਟਲੀ ਬਿਨਾਂ ਦੇਰੀ ਕੀਤਿਆਂ ਹੌਸਲੇ ਨਾਲ ਫਟਾਫਟ ਜਿਹੜਾ ਤੁਸੀਂ ਇਹ ਮਦਦ ਕਰਕੇ ਜਿਹੜੀ ਹੈ ਕਿਸੇ ਬੱਚੇ ਦੀ ਜ਼ਿੰਦਗੀ ਬਚਾ ਸਕਦੇ ਹੋ। ਤਾਂ ਉਸ ਨਾਲ ਕੀ ਹੁੰਦਾ ਕਿ ਉਹ ਚੀਜ਼ ਬਾਹਰ ਆ ਜਾਂਦੀ ਹੈ। ਇੱਕ ਲੱਗਦਾ ਨਹੀਂ ਵੀ ਜਿਵੇਂ ਦੋਨੋਂ IPS ਪਰਿਵਾਰ ਸੀਗੇ, ਪਰ ਇਸ ਜਾਣਕਾਰੀ ਦੀ ਜਾਂ ਹੋਰ ਵੀ ਬਹੁਤ ਸਾਰੇ ਪਰਿਵਾਰਾਂ 'ਚ ਘਾਟ ਹੁੰਦੀ ਆ ਵੀ ਅਸੀਂ ਪੜ੍ਹ ਲਿਖ ਜਾਂਦੇ ਹਾਂ ਪਰ ਜਿਹੜਾ ਫਸਟ ਏਡ ਪ੍ਰਤੀ ਜਿਹੜੇ ਗੰਭੀਰ ਨਹੀਂ ਹੁੰਦੇ, ਲੱਗਦਾ ਉੱਧਰ ਵੀ ਧਿਆਨ ਦੇਣਾ ਚਾਹੀਦਾ? ਜੀ ਬਿਲਕੁਲ, ਮੈਂ ਇਸ ਗੱਲ ਲਈ ਤੁਹਾਡੇ ਨਾਲ ਸਹਿਮਤ ਹਾਂ ਕਿ ਅਸੀਂ ਵੈਸੇ ਸਕੂਲ ਟਾਈਮ ਦੇ ਵਿੱਚ ਇਹ ਚੀਜ਼ਾਂ ਪੜ੍ਹੀਆਂ ਹੁੰਦੀਆਂ ਨੇ ਬੁੱਕਸ ਦੇ ਵਿੱਚ, ਲੇਕਿਨ ਪ੍ਰੈਕਟੀਕਲ ਸ਼ੇਪ ਦੇ ਵਿੱਚ ਕਦੇ ਵੀ ਸਾਨੂੰ ਇਹ ਮੌਕਾ ਨਹੀਂ ਮਿਲਦਾ ਗਾ। ਤਾਂ ਮੈਂ ਜਿਸ ਤਰ੍ਹਾਂ ਕਮਿਊਨਿਟੀ ਦੇ ਵਿੱਚ ਸਮਾਜ ਦੇ ਵਿੱਚ ਮੈਂ ਵਿਚਰਦਾ ਹਾਂ ਤਾਂ ਮੈਂ ਦੇਖਿਆ ਕਿ ਬੇਸ਼ੱਕ ਲੋਕ ਜਿਹੜੇ ਨੇ ਉਹਨਾਂ ਕੋਲ ਐਜੂਕੇਸ਼ਨ ਕੁਆਲੀਫਿਕੇਸ਼ਨ ਬਹੁਤ ਹੈ, ਲੇਕਿਨ ਜਦੋਂ ਅਸੀਂ ਫਸਟ ਏਡ ਦੀ ਗੱਲ ਕਰਦੇ ਹਾਂਗੇ ਤਾਂ ਉਸ ਦੇ ਵਿੱਚ ਜਿਹੜੀ ਹੈ ਫਿਰ ਸਾਡੀ ਜਿਹੜੀ ਜਾਣਕਾਰੀ ਜਿਹੜੀ ਆ ਉਹ ਨਿਲ ਹੁੰਦੀ ਹੈਗੀ। ਤਾਂ ਮੇਰੀ ਇਹ ਅਪੀਲ ਹੈ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੀ ਲੋਕਾਂ ਨੂੰ ਕਿ ਅਸੀਂ ਇਸ ਐਜੂਕੇਸ਼ਨ ਕੁਆਲੀਫਿਕੇਸ਼ਨ ਦੇ ਨਾਲ ਨਾਲ ਫਸਟ ਏਡ ਦੀ ਜਿਹੜੀ ਸਕਿੱਲ ਜਿਹੜੀਆਂ ਅਸੀਂ ਜ਼ਰੂਰ ਸਿੱਖੀਏ, ਅਤੇ ਇਹਦੇ ਲਈ ਸਾਡੇ ਹਰ ਇੱਕ ਡਿਸਟ੍ਰਿਕਟ ਲੈਵਲ ਦੇ ਉੱਤੇ ਪੂਰੇ ਆਲ ਓਵਰ ਇੰਡੀਆ ਨਹੀਂ, ਮੈਂ ਕਹਿਣਾ ਚਾਹੁੰਦਾ ਕਿ ਵਰਲਡ ਦੇ ਵਿੱਚ ਜਿੱਥੇ ਵੀ ਰੈੱਡ ਕਰਾਸ ਸੁਸਾਇਟੀਜ਼ ਕੰਮ ਕਰਦੀਆਂ ਨੇ ਉੱਥੇ ਸਾਡੇ ਮਾਹਰ ਟ੍ਰੇਨਰਸ ਨੇ ਉਹ ਜਿਹੜੇ ਨੇ ਉਹ ਫਸਟ ਏਡ ਦੀਆਂ ਸਕਿੱਲ ਜਿਹੜੀਆਂ ਨੇ ਟਿਪਸ, ਬੇਸਿਕ ਟਿਪਸ ਜਿਹੜੇ ਨੇ ਉਹ ਸਿਖਾ ਦਿੰਦੇ ਨੇ। ਤੁਹਾਡੇ ਵੱਲੋਂ ਕਿੱਥੇ ਕਿੱਥੇ ਜਾ ਕੇ ਜਿਹੜੀਆਂ ਟ੍ਰੇਨਿੰਗ ਦਿੱਤੀਆਂ ਗਈਆਂ ਪੰਜਾਬ 'ਚ ਜਾਂ ਅਦਰ ਸਟੇਟ 'ਚ, ਜਾਂ ਜਿਹੜੇ ਹੋਰ ਕੋਈ ਲੈਣਾ ਚਾਹੁੰਦੇ ਨੇ ਉਹ ਕੀ ਕਰਨ ਤੁਹਾਡੇ ਨਾਲ ਸੰਪਰਕ? ਜੀ ਬਤੌਰ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਮੈਂ ਐਜ਼ ਏ ਫਸਟ ਏਡ ਮਾਸਟਰ ਟ੍ਰੇਨਰ ਜਿਹੜਾ ਮੈਂ ਉਹ ਕੰਮ ਕਰ ਰਿਹਾ ਪਿਛਲੇ ਲਾਸਟ 32 ਸਾਲਾਂ ਤੋਂ। ਅਤੇ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ NGO ਜਿਹੜੀ ਹੈ ਖੂਨਦਾਨ ਦੇ ਵਿੱਚ ਕੰਮ ਕਰ ਰਹੀ ਹੈ, ਯੂਨਾਈਟਡ ਵੈਲਫੇਅਰ ਸੋਸਾਇਟੀ ਜੀ ਦੇ ਬਾਨੀ ਵਿਜੇ ਭਾਅ ਜੀ ਮੇਰੇ ਨਾਲ ਖੜ੍ਹੇ ਨੇ। ਤਾਂ ਅਸੀਂ ਇਹਨਾਂ ਦੇ ਸਹਿਯੋਗ ਨਾਲ ਜਿਹੜਾ ਹੈ ਅਸੀਂ ਪੂਰੇ ਇਸ ਇਲਾਕੇ ਦੇ ਵਿੱਚ ਜਿਹੜਾ
ਜਦੋਂ ਵੀ ਸਾਡੇ ਵੀਕਐਂਡਸ ਹੁੰਦੇ ਨੇ, ਸ਼ਨੀਵਾਰ ਜਾਂ ਐਤਵਾਰ ਜਾਂ ਕੋਈ ਛੁੱਟੀ ਵਾਲਾ ਦਿਨ ਹੁੰਦਾ, ਤਾਂ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਾ ਕੇ ਉਸ ਯੂਥ ਕਲੱਬ ਨਾਲ ਪਿੰਡ ਦੇ ਜਿਹੜਾ ਯੂਥ ਕਲੱਬ ਹੈ ਉਹਦੇ ਨਾਲ ਸੰਪਰਕ ਕਰਕੇ, ਪਿੰਡ ਦੀ ਪੰਚਾਇਤ ਨਾਲ ਸੰਪਰਕ ਕਰਕੇ, ਜਾਂ ਕਿਸੇ ਸਕੂਲ ਕਾਲਜ 'ਚ ਸਰਕਾਰੀ ਜਾਂ ਪ੍ਰਾਈਵੇਟ ਦੇ ਵਿੱਚ, ਉੱਥੇ ਅਸੀਂ ਜਾ ਕੇ ਇਹਨਾਂ ਦੇ ਸਹਿਯੋਗ ਨਾਲ ਫ੍ਰੀ ਆਫ ਕੋਸਟ ਜਿਹੜੀ ਆ ਲੋਕਾਂ ਨੂੰ ਫਸਟ ਏਡ ਦੀ ਜਾਣਕਾਰੀ ਦੇ ਰਹੇ ਹਾਂ। ਅਤੇ ਇਹ ਜਿਹੜੇ ਅਸੀਂ ਸਾਡੀ ਲਗਾਤਾਰ ਜਿਹੜੀ ਇਹ ਕੋਸ਼ਿਸ਼ ਚੱਲ ਰਹੀ ਹੈ। ਸਾਡੇ ਨਾਲ ਵਿਜੇ ਭੱਟ ਜੀ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਹ ਸਮਾਜ ਸੇਵਾ ਦੇ ਕੰਮ ਕਰਦੇ ਨੇ। ਵਿਜੇ ਭੱਟ ਜੀ, ਜਿਹੜੀ ਘਟਨਾ ਵਾਪਰੀ ਆ, ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਮੈਂ ਇਹ ਦੁਰਘਟਨਾ ਦਾ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਉਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਖਸ਼ਣ, ਅਤੇ ਮੈਂ ਉਸ ਮਹਿਸੂਸ ਹੁੰਦਾ ਕਿ ਸਾਡਾ ਬੱਚਾ ਇਸ ਜਹਾਨ ਤੋਂ ਚਲਾ ਗਿਆ ਕੁਛ ਕਮੀਆਂ ਦੇ ਕਾਰਨ, ਕਿਉਂਕਿ ਬੋਲਣਾ ਔਖਾ ਹੈ। ਬੋਲਣਾ ਔਖਾ ਐਸੇ ਕਰਕੇ ਹੈ ਕਿ ਉਹ ਛੋਟਾ ਜਿਹਾ ਬੱਚਾ ਸੀਗਾ, ਉਹ ਸਾਡਾ ਆਪਦਾ ਬੱਚਾ ਸੀ। ਅਤੇ ਮੈਂ ਤਾਂ ਇਹੀ ਅਪੀਲ ਕਰੂੰਗਾ ਲੋਕਾਂ ਨੂੰ ਕਿ ਆਓ, ਫਸਟ ਏਡ ਦਾ ਗਿਆਨ ਲਓ, ਅਤੇ ਇਹਨਾਂ ਜੋ ਛੋਟੀ ਛੋਟੀ ਮੰਦਭਾਗੀਆਂ ਘਟਨਾ ਨੇ, ਅਤੇ ਇਹਨਾਂ ਤੋਂ ਅਸੀਂ ਤਾਂ ਕਿ ਬਚ ਸਕੀਏ। ਹਰ ਇਨਸਾਨ ਨੂੰ ਫਸਟ ਏਡ ਦੀ ਜਾਣਕਾਰੀ ਲੈਣੀ ਅਤਿ ਜ਼ਰੂਰੀ ਹੈ, ਚਾਹੇ ਉਹ ਪਿੰਡ ਦਾ ਹੋਵੇ, ਚਾਹੇ ਸ਼ਹਿਰ ਦਾ ਹੋਵੇ, ਚਾਹੇ ਫੈਕਟਰੀ ਦਾ ਹੋਵੇ, ਚਾਹੇ ਦੀ ਉਹ ਪੜ੍ਹਿਆ ਲਿਖਿਆ, ਚਾਹੇ ਦੀ ਅਨਪੜ੍ਹ ਹੈ। ਕਿਉਂਕਿ ਇਹਨਾਂ ਅਸੀਂ ਜਾਣਕਾਰੀ ਦੇ ਨਾਲ ਹੀ ਅਸੀਂ ਅਣਗਿਣਤ ਜਾਨਾਂ ਬਚਾ ਸਕਦੇ ਹਾਂ। ਜਿਵੇਂ ਕੱਲ੍ਹ ਦੀ ਜਿਹੜੀ ਘਟਨਾ ਹੋਈ ਹੈ, ਜੇ ਅਸੀਂ ਜਾਂ ਉਹਨਾਂ ਦੇ ਆਸ ਪੜੋਸ ਦੇ ਜੇ ਕੋਈ ਵੀ ਪੜੋਸੀ ਸੀ, ਉਹ ਜੇ ਇਸ ਬਾਰੇ ਜਾਣਕਾਰੀ ਫਸਟ ਏਡ ਦੀ ਰੱਖਦਾ ਹੁੰਦਾ, ਤਾਂ ਮੇਰਾ ਖਿਆਲ ਉਹ ਬੱਚਾ ਸਾਡਾ ਬਚ ਸਕਦਾ ਸੀ। ਭੱਟ ਜੀ, ਲੱਗਦਾ ਨਹੀਂ ਵੀ ਜਿਹੜਾ ਐਜੂਕੇਸ਼ਨ ਹੈ, ਐਜੂਕੇਸ਼ਨ ਦੀ ਪਰਿਭਾਸ਼ਾ ਗਿਆਨ ਆ, ਪਰ ਸਾਡੇ ਜਿਹੜੇ ਲੋਕ ਆ ਸਿਰਫ ਨੌਕਰੀ ਲਈ ਜਿਹੜੀ ਇਸ ਨੂੰ ਵਰਤੋਂ ਕਰਨ ਦੀ ਕੋਸ਼ਿਸ਼ ਹੀ ਕਰਦੇ ਆ, ਗਿਆਨ ਲੈਣ ਦੀ ਕੋਸ਼ਿਸ਼ ਨਹੀਂ ਕਰਦੇ। ਤੁਹਾਡੀ ਗੱਲ ਬਿਲਕੁਲ ਸਹੀ ਹੈ ਰਿਸ਼ਪਾਲ ਵੀਰ ਜੀ, ਪਰ ਹੁਣ ਲੋਕ ਅੱਗੇ ਨਾਲੋਂ ਬਹੁਤ ਜਾਗਰੂਕ ਹੋ ਗਏ ਨੇ। ਹੁਣ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਸਕੂਲਾਂ ਕਾਲਜਾਂ ਵਾਲੇ ਸਾਡੇ ਰੈੱਡ ਕਰੋਸ ਨਾਲ ਸੰਪਰਕ ਕਰਦੇ ਨੇ ਜਾਂ ਸਾਡੀ ਸੰਸਥਾ ਨਾਲ ਸੰਪਰਕ ਕਰਦੇ ਨੇ, ਅਤੇ ਉਹ ਬੱਚਿਆਂ ਨੂੰ ਅਤੇ ਆਪ ਅਸੀਂ ਜ਼ਿਆਦਾਤਰ ਦੇਖਦੇ ਹਾਂ ਕਿ ਬੱਚਿਆਂ ਦੇ ਨਾਲ ਨਾਲ ਅਧਿਆਪਕ ਸਾਥੀ ਵੀ, ਅਧਿਆਪਕ ਸਾਹਿਬਾਨ ਸਾਡੇ ਜਿਹੜੇ ਸਤਿਕਾਰਯੋਗ ਨੇ, ਉਹ ਵੀ ਸਿੱਖਿਆ ਲੈਣ ਵਾਸਤੇ, ਫਸਟ ਏਡ ਦਾ ਗਿਆਨ ਲੈਣ ਵਾਸਤੇ ਅੱਗੇ ਆਉਂਦੇ ਨੇ, ਅਤੇ ਸਾਨੂੰ ਸਵਾਲ ਜਵਾਬ ਵੀ ਕਰਦੇ ਨੇ ਵੀ ਜੇ ਇਹ ਹੋ ਜਾਵੇ ਤਾਂ ਇਹ ਕਿਵੇਂ ਕਰਨਾ, ਜੇ ਇਸ ਤਰ੍ਹਾਂ ਦੀ ਮਦਭਾਗੀ ਹੋ ਜਾਵੇ, ਘਟਨਾ ਹੋ ਜਾਵੇ ਤਾਂ ਕਿਵੇਂ ਕਰਨਾ। ਇਹੀ ਹਾਲ ਫੈਕਟਰੀਆਂ ਦੇ ਅੰਦਰ ਹੈ, ਫੈਕਟਰੀ ਐਕਟ ਦੇ ਤਹਿਤ ਇਹ ਜ਼ਰੂਰੀ ਹੋ ਗਿਆ ਕਿ ਹਰ ਫੈਕਟਰੀ ਦੇ ਮੁਲਾਜ਼ਮ ਨੂੰ, ਚਾਹੇ ਇੱਕ ਔਫਿਸਰ ਹੈ, ਚਾਹੇ ਦੀ ਉਹ ਕਲਾਸ 4 ਹੈ, ਚਾਹੇ ਦੀ ਉਹ ਕੋਈ ਵੀ ਕਾਰਯਕਰਤਾ ਹੈ, ਤਾਂ ਉਹਨਾਂ ਨੂੰ ਫਸਟ ਏਡ ਦਾ ਗਿਆਨ ਲੈਣਾ ਅਤਿ ਜ਼ਰੂਰੀ ਹੈ। ਅਦਰਵਾਈਜ਼ ਉਹਦਾ ਲਾਇਸੈਂਸ ਨਹੀਂ ਬਣਦਾ, ਰੀਨਿਊ ਨਹੀਂ ਹੁੰਦਾ, ਅਤੇ ਫੈਕਟਰੀ ਉਹਨੂੰ ਬਾਹਰ ਵੀ ਕੱਢ ਸਕਦੀ ਹੈ। ਲੱਗਦਾ ਨਹੀਂ ਵੀ ਬਹੁਤ ਘੱਟ ਗਿਣਤੀ ਨੇ ਲੋਕ, ਜਿਵੇਂ ਸਰਟੀਫਿਕੇਟ 'ਚ ਆਪਾਂ ਸਮਾਜ 'ਚ ਪ੍ਰਚਲਿਤ ਦੇਖਦੇ ਹਾਂ ਵੀ ਯਾਰ ਜੇ ਸਰਟੀਫਿਕੇਟ ਵੈਸੇ ਹੀ ਮਿਲ ਜਾਵੇ ਤਾਂ ਠੀਕ ਆ, ਸਾਨੂੰ ਟ੍ਰੇਨਿੰਗ ਨਾ ਕਰਨੀ ਪਵੇ, ਇਹ ਵੀ ਪੱਖ ਹੈਗਾ ਇੱਕ। ਬਿਲਕੁਲ, ਇਹ ਜ਼ਿਆਦਾਤਰ ਅਸੀਂ ਦੇਖਦੇ ਹਾਂ, ਅਕਸਰ ਦੇਖਦੇ ਹਾਂ ਇਸ ਗੱਲ ਨੂੰ। ਬਹੁਤ ਵਧੀਆ ਤੁਸੀਂ ਸਵਾਲ ਕੀਤਾ ਕਿ ਜ਼ਿਆਦਾਤਰ ਮੇਰੇ ਵਰਗਿਆਂ ਦੀ ਸਿਫਾਰਿਸ਼ਾਂ, ਤੁਹਾਡੇ ਵਰਗਿਆਂ ਦੀਆਂ ਸਿਫਾਰਿਸ਼ਾਂ, ਮੀਡੀਆ ਦੀ ਸਿਫਾਰਿਸ਼ਾਂ ਜਾਂ ਕਿਸੇ ਔਫਿਸਰ ਦੀ ਸਿਫਾਰਿਸ਼ ਪਵਾਉਂਦੇ ਨੇ ਵੀ ਸਾਨੂੰ ਬਗੈਰ ਸਿਰਫ ਤੁਸੀਂ ਫੀਸ ਭਰਾ ਲਓ ਅਤੇ ਸਾਨੂੰ ਸਰਟੀਫਿਕੇਟ ਦਿਓ। ਪਰ ਸਾਡਾ ਬਠਿੰਡਾ ਜ਼ਿਲ੍ਹਾ ਰੈੱਡ ਕਰੋਸ ਸੁਸਾਇਟੀ ਇੱਕ ਉਹੋ ਜਿਹੀ ਸੁਸਾਇਟੀ ਹੈ ਕਿ ਜਿਹੜੀ ਬਗੈਰ ਕਲਾਸ ਤੋਂ ਕਦੇ ਸਰਟੀਫਿਕੇਟ ਨੂੰ ਤਰਜੀਹ ਨਹੀਂ ਦਿੰਦੀ। ਅਸੀਂ ਉਹਨਾਂ ਨੂੰ ਇੱਕੋ ਗੱਲ ਕਹਿੰਦੇ ਵੀ ਨਾ ਤੂੰ ਲੈ ਟ੍ਰੇਨਿੰਗ, ਕੋਈ ਗੱਲ ਨਹੀਂ ਹੈ, ਪਰ ਜਿਹੜੇ ਜੇ ਜਦੋਂ ਉਹ ਪਹਿਲੇ ਦਿਨ ਸਾਡੇ ਕੋਲ ਆਉਂਦਾ ਉਹ ਰੈੱਡ ਕਰੋਸ ਸੁਸਾਇਟੀ 'ਚ, ਜਾਂ ਉਹ ਕਿਸੇ ਕਲਾਸ ਅਟੈਂਡ ਕਰਦਾ, ਇੱਕ ਦਿਨ ਇਹ ਹਫ਼ਤੇ ਦੀ ਕਲਾਸ ਹੈ, ਜੇ ਇੱਕ ਦਿਨ ਵੀ ਕਲਾਸ ਅਟੈਂਡ ਕਰਦਾ, ਮੁੜ ਕੇ ਉਹਦਾ ਇੰਟਰਸਟ ਬਣ ਜਾਂਦਾ ਵੀ ਇਹ ਤਾਂ ਇੱਕ ਜ਼ਿੰਦਗੀ ਬਚਾਉਣ ਵਾਲਾ ਮੈਥਡ ਹੈ, ਵੀ ਸਾਨੂੰ ਸਿੱਖਣਾ ਅਤਿ ਜ਼ਰੂਰੀ ਹੈ, ਸਾਡੇ ਪਰਿਵਾਰ ਨੂੰ ਸਿੱਖਣਾ ਅਤਿ ਜ਼ਰੂਰੀ ਹੈ। ਅਸੀਂ ਜ਼ਿਆਦਾਤਰ ਦੇਖਦੇ ਹਾਂ ਕਿ ਟੀਚਰ ਨਹੀਂ, ਕਲੋਨੀਆਂ ਵਾਲੇ ਵੀ ਹੁਣ ਤਾਂ ਸਾਨੂੰ ਕਾਲ ਕਰਨ ਲੱਗ ਗਏ, ਪਿੰਡ ਦੇ ਕਲੱਬ ਕਾਲ ਕਰਨ ਲੱਗ ਗਏ, ਸਕੂਲ ਕਾਲਜ ਕਾਲ ਕਰਨ ਲੱਗ ਗਏ ਵੀ ਸਾਨੂੰ ਆ ਕੇ ਇਹਨਾਂ ਬਾਰੇ ਚੀਜ਼ਾਂ ਬਾਰੇ ਜਾਣਕਾਰੀ ਦਿਓ। ਸੋ ਤੁਸੀਂ ਸੁਣ ਹੀ ਲਿਆ, ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਜੀ ਅਤੇ ਵਿਜੇ ਭੱਟ ਜੀ ਸਮਾਜ ਸੇਵੀ ਨੇ, ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਟ੍ਰੇਨਿੰਗ ਲੈਣੀ ਅਤਿ ਜ਼ਰੂਰੀ ਆ, ਕਿ ਜਿਹੜਾ ਆਈ ਪੀ ਐੱਸ ਪਰਿਵਾਰ ਆ
ਉਹਨਾਂ ਦੀ 4 ਸਾਲਾਂ ਦੀ ਬੱਚੀ ਜਿਹੜੀ ਦਾ ਦਮ ਘੁੱਟਣ ਕਾਰਨ ਮੌਤ ਹੋ ਗਈ। ਹੋ ਸਕਦਾ ਸੀ ਵੀ ਉਸ ਬੱਚੀ ਨੂੰ ਬਚਾਇਆ ਜਾ ਸਕਦਾ ਸੀ ਜੇ ਉਹਨਾਂ ਨੂੰ ਫਸਟ ਏਡ ਦੀ ਜਾਣਕਾਰੀ ਹੁੰਦੀ, ਅਤੇ ਲੋਕਾਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਵੀ ਵੱਧ ਤੋਂ ਵੱਧ ਇਸ ਦੀ ਜਾਣਕਾਰੀ ਵੀ ਲੋਕਾਂ ਨੂੰ ਦੇਣੀ ਚਾਹੀਦੀ ਹੈ। ਜੇ ਤੁਸੀਂ ਟ੍ਰੇਨਿੰਗ ਲਈ ਹੈ ਤਾਂ ਨਹੀਂ, ਇਹਦੀ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ। ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਅਤੇ ਮੈਂ ਹਰਸ਼ਪਾਲ ਸਿੰਘ।